ਪਾਸਾ ਜ਼ੋਰ ਦੇ ਉਮਰ ਸਾਰੀ ਭਾਵੇਂ ਪੇਸ਼ ਕਰੀਏ ਫਿਰ ਵੀ ਮੁੱਕਦੇ ਨਹੀਂ ਪਰ ਜਦੋਂ ਯਾਦ ਮਦੀਨੇ ਦੀ ਆਉਂਦੀ ਏ ਖਬਰੇ ਕੀ ਆਉਂਦਾ ਅੱਥਰੋਂ ਰੁਕਦੇ ਨੇ ਸ਼ੇਰ ਨਾਥ ਦੇ ਦਰਦ ਫਿਰਾਕ ਬਾਜੋ ਪੜਨ ਵਾਲਿਆਂ ਦੇ ਮੂੰਹ ਟੁੱਕਦੇ ਨੇ ਨਾ ਤਾਂ ਲਿਖਣ ਵਾਲੇ ਅਨਹੀ ਪੜਨ ਵਾਲੇ ਦਿਲ ਹਰੇ ਰਹਿੰਦੇ ਕਦੇ ਸੁੱਕਦੇ ਨੇ ਚੁੱਕੇ ਸਦਾ ਸਮਾਗਮ ਤੋਂ ਆਏ ਉਹਨਾਂ ਨੇ ਫਰਮਾਇਸ਼ਾ ਸਾਜਰ ਅਬਦੁੱਲਾ ਨੇ ਬੋਲ ਹੋਲ ਮਹਿਮਾਨ ਕਿਉਂਕਿ ਵੈਸੇ ਵੀ ਸੈਯਦ ਸਰਦਾਰ ਹੋਣਾ ਸਿਰਾਂ ਦਾ ਸਰਤਾਜ ਕਿਉਂਕਿ ਵੈਸੇ ਅਸਾਂ ਸਰਤਾਜ ਤਾਂ ਹੋ ਤੁਸੀਂ ਕੀ ਆ ਰਹੇ ਆਪ ਵੀ ਬੋਲੀ ਲੇਕਿਨ ਸਿਰਾ ਜਿਸਨੇ ਪ੍ਰਤਾਜ ਵਾ ਉਹ ਸਰਦਾਰ ਵਾ ਗੱਲ ਸਦਾ ਪੁਰਾਣੇ ਨਾਲ ਤਲਕ ਰੱਖੇ ਸੈਯਦ ਬਾਦਸ਼ਾਹ ਸਾਹਿਬ ਸਾਹਿਬ ਔਰ ਬਰਾਦਰ ਸਾਹਿਬ ਔਰ ਕਬੂਰ ਸਾਹਿਬ ਨੇ ਵੀ ਮਹਿਮਾਨ ਜ਼ੁਬੈਰ ਸ਼ਾਹ ਉਰਫ ਬੈਰੀ ਸ਼ਾਹ ਸੈਯਦ ਬਾਦਸ਼ਾਹ ਔਰ ਸੈਯਦ ਜ਼ੁਲਫਕਾਰ ਹੁਸੈਨ ਸ਼ਾਹ ਇਰਫਾਨ ਵਕਾਰ ਉਰਫ ਸੈਯਦ ਜ਼ੁਲਫਕਾਰ ਹੁਸੈਨ ਸ਼ਾਹ ਇਸਨਾ ਕੋਈ ਟਾਈਮ ਦੱਸ ਨਾ ਉਸ ਟਾਈਮ ਵਿੱਚ ਜੈ ਬੰਦ ਹੋਣੇ ਵਾਲਾ ਹੋਇਆ ਦੋ ਮਿੰਟ ਬ੍ਰੇਕ ਮਾਰੀ ਕਿਵੇਂ ਕਰਾਂ ਸਰਕਾਰ ਫਰਮਾਇਆ ਸੀ ਕਿ ਬਲਾ ਹਾਲ ਉਲਾ ਦੇ ਕਮਾਲ ਹੀ ਕਿ ਸ਼ਫਤ ਉਜਾ ਦੇ ਜਮਾਲ ਹੀ ਆਸਾ ਨਾ ਚੱਲੀ ਉਹ ਵਿਸਾਲ ਹੀ ਤੇ ਜਿਸ ਚੌਥਾ ਬੋਲ ਨਿਕਲੇ ਤੇ ਕਲਮ ਰੁਕੀ ਤੇ ਸਰਕਾਰੇ ਦੋ ਆਲਮ ਨੂੰ ਜ਼ਿਆਰਤ ਨਸੀਬ ਹੋਈ ਤੇ ਪੁੱਛਿਆ ਸਾਜੀ ਕਿਉਂ ਪਰੇਸ਼ਾਨ ਹੈ ਯਾ ਰਸੂਲ ਅੱਲਾ ਚੌਥਾ ਬੋਲ ਨਹੀਂ ਕਲਮ ਲੈ ਲਿਖਿਆ ਆਪ ਨੇ ਵਧੀਅਤ ਕੀਤਾ ਕਿ ਸਾਜੀ ਲਿਖ ਸੱਲੂ ਵਾਲਾ ਇਮਾਨ ਹੈ ਉਹ ਬੋਲ ਉਸਨੇ ਤੇ ਸ਼ਿਕਮਤ ਤੇ ਇਨਾ ਮਹਿਮਾਨਾ ਸਾਬਾਨਾ ਨੇ ਫਰਮਾਇਸ਼ ਬਿਸਮਿਲਾ ਸਾਜੀ ਰਸੂਲ ਅੱਲਾ ਲਿਖੇ ਦੇ ਆਣੇ ਤੇ ਬੱਲਾ ਵਾਲਾ ਉਲਾ ਦੇ
Southern city would be a good idea. It's not last that he sings by shining on the day. Madine diya galiya, madine diya galiya, de baadar de ke, o shaan-e-khuda de, mein anwar de ke. Madine diya galiya, madine diya galiya, de baadar de ke.
حضرت اسحاق صاحب 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 بولا بول میں تلے 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 اور ملک ملک احمد حسین صاحب صاحب بابا غلام قادر ٹوک ٹوک اور انہوں نے سب زیادہ نے نام لیکن تو دسیا دے نے فرمایا زین چوک ٹھیک ہے اور چوہدری مقبول صاحب صاحب جناب صاحب دار اسحاق صاحب صاحب اور اہل سرداد زبیر اور بینی شاہ جتنا بھی سوال کا گروپ آئے ہیں انہیں ساتھی نے محبت ہم سفل گرو کے ناطا ایک دو تمام سناؤ ویسے تو زیادہ اخبار میں 50% دسی چلو نال اگلا شیر ہم دنیا بھی چل سو چونکہ محفل شانے اولیاء ہے ولی علی خان کی رچائی گئی محفل ہے سجائی گئی اس واسطے آپ کے شیف یہ بول چند شان اولیاء اور پھر چند کچھ فرق یہ بول سرکار فرمائے شیخ لگے شیخ لگے جیسے وقت آئی شاہ
ਨਿਸ਼ਾਨੇ ਔਲੀਆ ਵਿੱਚ ਸਰਕਾਰ ਫਰਮਾਏ ਤੇ ਆਣੇ ਬਲੀ ਦੇ ਡੇਰੇ ਪਰ ਕੋਈ ਦੋਸਤ ਹੈ ਦੁਸ਼ਮਣ ਹੈ ਹਕੀਕਤ ਲੈ ਕੇ ਜਾ ਤੇ ਕੋਈ ਨਾ ਕੋਈ ਮੁਰਾਦ ਨਹੀਂ ਜਾਣੀ ਗੱਲ ਹਕੀਕਤ ਨਹੀਂ ਹੈ ਮੁਹੱਬਤ ਨਹੀਂ ਹੈ ਅਰਸ਼ ਖੁਸ਼ੀ ਫਿਰ ਬੋਲਾ ਬੜਾ ਪਿਆਰਾ ਬੋਲਾ ਸਰਕਾਰ ਫਰਮਾਏ ਤੇ ਕਿਹੜੀ ਗੱਲ ਰਾਜਾ ਖਾਲਸ ਸਾਹਿਬ ਯੂਪੀ ਅਬੀਦ ਚੌਕ ਨਾਟਲ ਸਾਰੇ ਭਾਈ 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 ਚੌਧਰੀ ਸਤਨੇਹ ਸਾਹਿਬ ਜਿਗਰ ਹਜ਼ਰਾਤ ਸਾਰੇ ਅਬਾਬ ਉਹਨਾਂ ਨੇ ਮੁਹੱਬਤ ਸਾਹਿਬ ਨਾ ਲਿਆ ਜਨਾਬ ਭਾਈ ਮਹਬੂਬ ਸਾਹਿਬ ਔਰ ਜਮੀਰ ਸਾਹਿਬ ਨਾਟੀ ਗਾਮ ਦੇਵਲ ਨਾਟਲ ਬੋਲੇ ਬਿਸਮਿਲਲਾ
Ashad Sikdar Sahab aur Mohrur Sahab Brother Munazir Sahab UK Inna Sahreni Mohabbat Farmash Aya Sajna Aya Sajna Aya Sajna سید زلفقار حسین شاہ صاحب وقار حسین شاہ صاحب سید جمیل حسین شاہ صاحب اور سید ظاہر حسین شاہ صاحب پاٹے تو آئے ساڑھے مہمان حاجی لیاقت صاحب اور انہوں نے دوست اور ساڑھے موسم ناو صوفی جہانگی لکش بندی صاحب جلہ دکھا
شاہ صاحب نے بالخصوص فرمائش صرف دو وہ اس کے بعد شیران دنیا وچ وہ فرض دے رہے ہیں دو چار گلا کر سکتا اور سارے دوستوں نے مجلس طرف ٹھیکدار اساق صاحب اور مقرور صاحب جناب برادر مناظر صاحب یو کے اور انہوں نے اباب عزیز ایک لاکھ ارفاد ہی اور وارس انہیں ساتھی نے محبت ہے شان اولیاء یا ولی نظم ہے صرف پھر خصوص بھائی راجہ اساق صاحب نے نظر کرنا پہ بسم اللہ عزیزہ نے فرمایا بھائی اساق صاحب نے بھائی انہوں نے ایک فرمائش بند آؤ کہ بننا نال ہی انہوں نے خصوصی فرمائش ہے جی وہ پیشے خدمت دو چار دن Yeah.
ਸੁਣਾ ਕਰਨਾ ਜਿਹੜਾ ਟਾਈਮ ਆ ਉਹ ਤੁਸੀਂ ਕੀ ਸ਼ੇਰ ਸੁਣਾ ਸਾਂ ਮੁਹੱਬਤ ਤੇ ਪਿਆਰ ਨਾਲ ਸੁਣਾ ਸਾਂ ਸਾਰੇ ਜਿਹੜੇ ਮਹਿਮਾਨ ਆਏ ਨੇ ਉਹਨਾਂ ਦੀ ਖਾਹਿਸ਼ ਹੈ ਕਿ ਬਾਅਦ ਵਿੱਚ ਅਸਾਂ ਹੋ ਸਕਣਾ ਜਾਂ ਤੇ ਇੱਕ ਛੋਟੇ ਜਿਹੇ ਗੀਤ ਦੇ ਬੋਲ ਦੋ ਹੈ ਉਹ ਲਾਜ਼ਮੀ ਸੁਣਾਓ ਮੈਂ ਕੋਸ਼ਿਸ਼ ਕੀਤੀ ਲੇਕਿਨ ਇਹ ਸਹੀ ਸਹੀ ਆੜੇ ਵੀ ਤੇ ਨਾਲੇ ਮਹਿਮਾਨ ਵੀ ਮਹਿਮਾਨਾਂ ਨੂੰ ਵੈਸੇ ਵੀ ਕਦੋਂ ਕੀਮਤ ਕਰਨੀ ਚਾਹੀਦੀ ਤੇ ਮੈਂ ਇਹ ਚਾਹਣਾ ਹਾਂ ਕਿ ਕੋਈ ਕਿਸੇ ਕਿਸਮ ਦੀ ਮਹਿਫਲੀ ਚ ਗੁਜ਼ਾਰਗੀ ਨਾ ਹੋਵੇ ਤੇ ਸਾਰੇ ਸਾਹਿਬਾਨ ਤੇ ਮਹਿਮਾਨ ਖੁਸ਼ ਹੋਏ ਤੇ ਜਾਣ ਉਹਨਾਂ ਨੇ ਇੱਕ ਫਰਮਾਇਸ਼ ਹੈ ਉਹ ਪੇਸ਼ੇ ਖਿਦਮਤ ਹੈ ਜਨਾਬ ਸੈਯਦ ਜੰਗੀਰ ਹੁਸੈਨ ਸ਼ਾਹ ਸਾਹਿਬ ਜਨਾਬ ਤਲਕਾਰੇ ਨਾਲ ਬਸ਼ਾਰਤ ਸਾਹਿਬ ਜੀ ਔਰ ਮੈਂ ਪਤਾ ਨਹੀਂ ਨੰਬਰ 7 ਜੀ ਦੇਖਿਆ ਵਾ ਸੈਯਦ ਸ਼ਾਪਾਲ ਔਰ ਅਬਦੁੱਲਾ ਸ਼ਾਹ ਸਾਹਿਬ ਸੈਯਦ ਲਾਜਪਾਲ ਹੈਦਰ ਸੈਯਦ ਜ਼ੁਬੈਰ ਹੁਦਾਈ ਸ਼ਾਹ ਸੈਯਦ ਅਲੀ ਰਜ਼ਾ ਸਾਹਿਬ ਛੋਟੀ ਜਿਹੀ ਆਖਰੀ ਫਰਮਾਇਸ਼ ਹੈ ਫਿਰ ਅਸਾਂ ਸ਼ਹਿਰਾਂ ਦੁਨੀਆਂ ਜਾ ਸਕਦਾ ਅੱਛਾ ਆੜੇ ਬਸ਼ਾਰਤ ਦਾ ਤਲਕ ਸੈਯਦ ਜੰਗੀਰ ਹੁਸੈਨ ਸ਼ਾਹ ਸਾਹਿਬ ਮੈਂ ਸੱਤ ਨੰਬਰ ਸਜਣਾ ਦੂਰ ਠਿਕਾਣਾ